ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ ਦੋਸਤੋ। ਅੱਜ ਤੁਹਾਨੂੰ ਕੁਛ ਇਹੋ ਜਿਹੇ ਅੰਕੜੇ ਦੱਸਣ ਜਾ ਰਹੇਗੇ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ, ਵਾਚਣ ਤੋਂ ਬਾਅਦ ਤੁਸੀਂ ਹੈਰਾਨ ਹੋ ਜਾਓਗੇ ਅਤੇ ਪਰੇਸ਼ਾਨ ਹੋ ਜਾਓਗੇ ਅਤੇ ਸ਼ਾਇਦ ਉਮੀਦ ਵੀ ਛੱਡ ਦਿਓਗੇ ਅਤੇ ਤੁਹਾਡਾ ਦਿਲ ਇਹ ਗੱਲ ਜ਼ਰੂਰ ਕਹੇਗਾ ਕਿ ਹੁਣ ਪੰਜਾਬ ਨੂੰ ਕੋਈ ਫਰਿਸ਼ਤਾ ਵੀ ਨਹੀਂ ਬਚਾ ਸਕਦਾ। ਇੰਨੇ ਹਾਲਾਤ ਜਿਹੜੇ ਨੇ ਵੱਧ ਤੋਂ ਵੱਧਤਰ ਹੋ ਚੁੱਕੇ ਨੇ, ਜਿੱਥੇ ਸਰਕਾਰ ਦੀ ਕਰਜ਼ਾ ਮਾਫ਼ੀ ਸਕੀਮ ਪੂਰੀ ਤਰ੍ਹਾਂ ਜਿਹੜੀ ਉਹ ਫੇਲ ਹੋ ਚੁੱਕੀ ਹੈ, ਉੱਥੇ ਨਸ਼ਿਆਂ ਦੇ ਮੁੱਦੇ ਦੇ ਉੱਪਰ ਵੀ, ਇਸ ਤੋਂ ਇਲਾਵਾ ਘਰ ਘਰ ਨੌਕਰੀ ਪੱਕੀ, ਛੋਟੇ ਦੁਕਾਨਦਾਰ, ਮੱਧ ਵਰਗ ਅਤੇ ਮਜ਼ਦੂਰ ਜਿਹੜਾ ਵਰਗ ਹੈ ਉਹ ਪੂਰੀ ਤਰ੍ਹਾਂ ਨਾ ਉਮੀਦ ਹੋ ਚੁੱਕੇ ਹੈ ਅਤੇ ਉਹ ਪੂਰੀ ਤਰ੍ਹਾਂ ਸਰਕਾਰੀ ਵਾਅਦਿਆਂ ਤੋਂ ਜਿਹੜੇ ਉਹ ਪਰੇਸ਼ਾਨ ਹੋ ਚੁੱਕੇ ਨੇ, ਜਿੱਥੇ ਇੱਕ ਪਾਸੇ ਜਨਤਾ, ਚਾਹੇ ਉਹ ਗਊ ਸੈਸ ਹੋਵੇ ਜਾਂ ਇਸ ਤੋਂ ਇਲਾਵਾ ਹੋਰ ਵੱਖ ਵੱਖ ਤਰ੍ਹਾਂ ਦੇ ਟੈਕਸ ਦੇਣ ਦੇ ਬਾਵਜੂਦ ਵੀ, ਜਿੱਥੇ ਦੇਸ਼ ਨੂੰ, ਦੇਸ਼ ਦੇ ਵਿਕਾਸ ਨੂੰ ਬੁਲੰਦੀਆਂ 'ਤੇ ਲਿਜਾਉਣ ਲਈ ਦੇਸ਼ ਦਾ ਇੱਕ ਇੱਕ ਨਾਗਰਿਕ ਪੂਰਾ ਯੋਗਦਾਨ ਪਾਉਂਦਾ, ਪਰ ਇੰਨਾ ਪੈਸਾ ਇਕੱਠਾ ਕਰਨ ਦੇ ਬਾਵਜੂਦ ਜਿਹੜੇ ਹਾਲਾਤ ਉਹ ਖਰਾਬ ਹੋ ਰਹੇ ਨੇ, ਅਤੇ ਇਹ ਅੰਕੜੇ ਸੁਣ ਕੇ ਤੁਸੀਂ ਹੋਰ ਵੀ ਹੈਰਾਨ ਰਹਿ ਜਾਓਗੇ, ਕਿਉਂਕਿ ਪੰਜਾਬ ਸਰਕਾਰ ਲਈ ਜਿਹੜੀ ਹੈ ਉਹ ਖੰਤਰੇ ਦੀ ਘੰਟੀ ਵੱਜ ਚੁੱਕੀ ਹੈ ਅਤੇ ਪੰਜਾਬ ਸਰਕਾਰ ਦਾ ਜਿਹੜਾ ਆਰਥਿਕ ਸੰਕਟ ਹੈ ਉਹ ਡੂੰਘਾ ਹੁੰਦਾ ਜਾ ਰਿਹਾ। ਸਥਿਤੀ ਇਹ ਬਣ ਚੁੱਕੀ ਹੈ ਕਿ ਸਰਕਾਰ ਦੇ ਖਜ਼ਾਨੇ 'ਚ ਹੁਣ ਸਿਰਫ 540 ਕਰੋੜ ਰੁਪਈਆ ਹੀ ਬਚਿਆ, ਜਦੋਂ ਕਿ ਸਰਕਾਰ ਦੀਆਂ ਜਿਹੜੀਆਂ ਦੇਣਦਾਰੀਆਂ ਨੇ ਉਹ ਲਗਭਗ 35,000 ਕਰੋੜ ਦੀਆਂ ਨੇ। ਸਰਕਾਰ ਦੇ ਚਾਲੂ ਵਿੱਤੀ ਵਰ੍ਹੇ ਦੌਰਾਨ ਤਨਖਾਹ ਵਿਆਜ 'ਤੇ 52,274 ਕਰੋੜ ਦੀਆਂ ਦੇਣਦਾਰੀਆਂ, ਪੈਨਸ਼ਨ ਵਗੈਰਾ ਰਹਿੰਦੀਆਂ ਨੇ। ਫਿਸਕਲ ਇੰਡਕਟਰ ਦੇ ਅਨੁਸਾਰ ਜਿਹੜਾ ਪਿਛਲੇ 7 ਮਹੀਨਿਆਂ ਦਾ ਹੀ 17,260.45 ਕਰੋੜ ਰੁਪਈਆ ਜਿਹੜਾ ਦਿੱਤਾ ਗਿਆ, ਬਾਕੀ 5 ਮਹੀਨਿਆਂ ਵਿੱਚ 35,013.55 ਕਰੋੜ ਦੀ ਦੇਣਦਾਰੀ ਅਜੇ ਖੜ੍ਹੀ ਹੈ। ਇਹਨਾਂ ਦੇ ਵਿੱਚੋਂ ਕਰਮਚਾਰੀਆਂ ਦਾ, DA ਅਤੇ ਏਅਰੀਅਰ ਦਾ ਹੀ 60 ਕਰੋੜ ਤੋਂ ਇਲਾਵਾ 5,000 ਕਰੋੜ ਦੇ ਕਈ ਬਿੱਲ ਵੀ ਬਕਾਇਆ ਖੜ੍ਹੇ ਨੇ। ਇਸ ਦੇ ਨਾਲ ਹੀ ਸਰਕਾਰ 'ਤੇ 2.13 ਲੱਖ ਕਰੋੜ ਕਰਜ਼ਾ ਅਤੇ ਇਸ ਦੇ ਵਿਆਜ ਦੇ ਤੌਰ 'ਤੇ ਹਰ ਸਾਲ 4,781.31 ਕਰੋੜ ਰੁਪਏ ਦੇਣੇ ਪੈ ਰਹੇ ਨੇ। ਆਮਦਨੀ ਦੀ ਗੱਲ ਕਰੀਏ ਤਾਂ ਅਜੇ ਤੱਕ 25% ਯਾਨੀ ਚੌਥਾ ਹਿੱਸਾ ਹੀ ਰੈਵੀਨਿਊ ਜਿਹੜਾ ਉਹ ਮਿਲਿਆ, ਜਦੋਂ ਕਿ ਕੇਂਦਰ ਤੋਂ 3 ਮਹੀਨਿਆਂ ਤੋਂ GST ਦੇ 4100 ਕਰੋੜ ਰੁਪਏ ਵੀ ਨਹੀਂ ਮਿਲੇ ਹਨ। ਜਿਹੜੇ ਜਲਦੀ ਹੀ ਆਰਥਿਕ ਸੰਕਟ 'ਤੇ ਕਾਬੂ ਨਾ ਪਾਇਆ ਗਿਆ ਤਾਂ ਕੁਝ ਮਹੀਨਿਆਂ ਵਿੱਚ ਹੀ ਸੂਬੇ ਦੇ 3.5 ਲੱਖ ਕਰਮਚਾਰੀਆਂ ਨੂੰ ਤਨਖਾਹ ਦੇ ਅਤੇ 2.5 ਲੱਖ ਪੈਨਸ਼ਨ ਧਾਰਕਾਂ ਨੂੰ ਪੈਨਸ਼ਨ DA ਦੇ ਲਾਲੇ ਪੈ ਸਕਦੇ ਨੇ ਅਤੇ ਇਸ ਦੇ ਕਾਰਨ ਹੀ ਕਾਫੀ ਪਰੇਸ਼ਾਨੀ ਖੜ੍ਹੀ ਹੋ ਸਕਦੀ ਹੈ। ਇਸ ਤੋਂ ਇਲਾਵਾ ਫਲਾਈਓਵਰ, ਸੜਕਾਂ ਸਮੇਤ ਸਕੂਲਾਂ, ਹਸਪਤਾਲਾਂ ਦੇ ਵਿਕਾਸ ਕਾਰਜ ਵੀ ਰੁਕ ਜਾਣਗੇ। ਸਰਕਾਰ ਨੂੰ ਵੱਖ ਵੱਖ ਟੈਕਸਾਂ ਤੋਂ 26,131.84 ਕਰੋੜ ਰੁਪਏ ਦਾ ਰੈਵੀਨਿਊ ਮਿਲਿਆ ਹੈ, ਜਦੋਂ ਕਿ 25,754.86 ਕਰੋੜ ਰੁਪਈਏ ਖਰਚ ਕੀਤੇ ਨੇ, ਮਤਲਬ ਸਿਰਫ 376.98 ਕਰੋੜ ਹੀ ਬਾਕੀ ਬਚਿਆ। ਕੁੱਲ ਮਿਲਾ ਕੇ ਨਵੰਬਰ ਤੱਕ ਖਜ਼ਾਨੇ 'ਚ 540 ਕਰੋੜ ਰੁਪਏ ਹੀ ਬਚੇ ਨੇ ਅਤੇ ਜਿਹੜੀ ਹਾਲਾਤ ਨੇ ਉਹ ਵੱਧ ਤੋਂ ਵੱਧਤਰ ਹੋਰ ਜਾ ਰਹੇ ਨੇ, ਜਿੱਥੇ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਖੁਸ਼ੀਆਂ ਖੇੜੇ ਬਖਸ਼ੇ ਜਾਣਗੇ, ਪਰ ਇਸ ਦੇ ਬਾਵਜੂਦ ਜਿੱਥੇ ਦੇਸ਼ ਦਾ ਇਕੱਲਾ ਇਕੱਲਾ ਨਾਗਰਿਕ ਆਪਣਾ ਬਣਦਾ ਯੋਗਦਾਨ ਪਾ ਰਿਹਾ, ਟੈਕਸ ਜਿਹੜੇ ਨੇ ਅਦਾ ਕੀਤੇ ਜਾ ਰਹੇ ਨੇ ਅਤੇ ਨਿੱਤ ਜਨਤਾ ਦੇ ਨਵੇਂ ਨਵੇਂ ਟੈਕਸ ਥੋਪੇ ਜਾ ਰਹੇ ਨੇ, ਇਸ ਦੇ ਬਾਵਜੂਦ ਵੀ ਜਿਹੜਾ ਸਰਕਾਰ ਦਾ ਖਜ਼ਾਨਾ ਖਾਲੀ ਹੈ ਅਤੇ ਇਸ ਨੂੰ ਇੱਕ ਭ੍ਰਿਸ਼ਟ ਸਿਸਟਮ, ਸਰਕਾਰ ਦੀਆਂ ਮਾੜੀਆਂ ਨੀਤੀਆਂ ਨਹੀਂ ਅਤੇ ਹੋਰ ਕੀ ਕਿਹਾ ਜਾਵੇਗਾ। ਸੋ ਦੋਸਤੋ, ਨਵੀਆਂ ਹੋਰ ਵੀਡੀਓ ਲਈ, ਨਵੀਂ ਅਪਡੇਟ ਲਈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਬੈੱਲ ਆਈਕੋਨ ਦਾ ਨਿਸ਼ਾਨ ਦਬਾ ਦਿਓ। ਜਲਦੀ ਫਿਰ ਹਾਜ਼ਰ ਹੁੰਦੇ ਨਵੀਂ ਵੀਡੀਓ ਲੈ ਕੇ। ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।